वीडियो शुरू करने तो पहला जेकर तुसी साडे चैनल नूं सबसक्राइब नहीं किया तो नीचे दिते हुए लाल बटन नूं दबा के चैनल नूं सबसक्राइब करो ताकि साडियां आने वाली वीडियो तुहानूं सब तो पहला दिख सकन। आओ हुण ध्यान मारदे आ वीडियो नूं मेरे वीर दब के शेयर कर दिओ, जिहड़ियां 32 जथेबंदियां गईयां उन्हां तक वी मेरा वीर मैसेज जरूर पहुंचा दिओ। अज मैं गल कर रही हां बलबीर राजेवाल ते जिन्ने स्टेज उत्ते दीप सिद्धू वीर नूं ते उन्हां 5 लाख किसानां नूं गद्दार दा करार दिता, उन्हां दे गल विच गद्दार दीआं तख्तियां पा के अज दुनिया सामने भंडिया। राजेवाल साहब पहलां तां मैनूं इह गल दस ते कमेंटां विच वी तुसीं उह फोटोआं नशर करो जिहड़े अपने आप नूं दुद्ध दे धोते कहिंदे आ ना, ਉਹ ਕਿਹੜੀਆਂ ਕਿਹੜੀਆਂ ਪਾਰਟੀਆਂ ਨੂੰ ਵੋਟਾਂ ਪਾਉਂਦੇ ਆ, ਉਹਨਾਂ ਕਿਹੜੇ ਕਿਹੜੇ ਲੋਕਾਂ ਦੇ ਨਾਲ ਫੋਟੋਆਂ ਲਵਾਈਆਂ ਵਾ। ਜੇ ਦੀਪ ਸਿੱਧੂ ਦੀਆਂ ਮੋਦੀ ਨਾਲ ਜਾਂ ਸਨੀ ਦਿਓਰ ਦੇ ਨਾਲ ਜਾਂ ਕਿਸੇ ਨਾਲ ਵੀ ਫੋਟੋਆਂ ਲੱਤੀਆਂ, ਕੀ ਪਾਪ ਹੋ ਗਿਆ? ਮੈਂ ਅੱਜ ਰਾਜੇਵਾਲ ਨੂੰ ਖਰੀਆਂ ਖਰੀਆਂ ਸੁਣਾਉਣ ਨੂੰ ਬਾਹਰ ਨਿਕਲਿਆ, ਅੱਜ ਖੂਬ ਸੰਗ ਪਾੜਾਂਗਾ ਤੇ ਸੱਚ ਬੋਲਾਂਗਾ। ਪਹਿਲੀ ਗੱਲ ਰਾਜੇਵਾਲ ਸਾਹਿਬ, ਤੂੰ ਬਹੁਤ ਗਲਤ ਕੀਤਾ। ਉਹਨਾਂ ਨੇ ਕਿਸਾਨੀ ਦਾ ਝੰਡਾ ਚਲਾਇਆ, ਤਿਰੰਗੇ ਦੇ ਥੱਲੇ ਚਲਾਇਆ, ਉਹਨਾਂ ਨੇ ਕੋਈ ਵੀ ਤਿਰੰਗੇ ਦਾ ਅਪਮਾਨ ਨਹੀਂ ਕੀਤਾ ਤੇ ਨਾ ਕਰਨਗੇ। ਇਹ ਲੜਾਈ ਕਿਸੇ ਧਰਮ ਦੀ ਲੜਾਈ ਨਹੀਂ, ਇਹ ਕਿਸਾਨਾਂ ਦੀ ਲੜਾਈ ਆ। ਦੂਜੀ ਗੱਲ, ਜਿਹੜੇ ਅੱਜ ਟਰਾਲੀਆਂ ਭਰ ਭਰ ਕੇ ਵਾਪਸ ਕਿਸਾਨ ਆ ਰਹੇ ਆ ਤੇਰੇ ਕਰਕੇ ਨੇ, ਜਥੇਬੰਦੀਆਂ ਕਰਕੇ ਨਹੀਂ ਆ ਰਹੇ, ਉਹ ਬਾਪੂ ਦੇ, ਉਹ ਬਜ਼ੁਰਗ ਦੇ, ਉਹ ਤਾਊ ਦੇ, ਰਕੇਸ਼ ਟਕੈਤ ਦੇ ਹੰਝੂਆਂ ਨੇ ਉਹ ਫਿਰ ਸੰਘਰਸ਼ ਨੂੰ ਲੀਹ 'ਤੇ ਲੈ ਦਿੱਤਾ। ਓਏ ਉਹਨੇ ਜੱਫੀ ਪਾ ਲਈ ਪੰਜਾਬੀਆਂ ਨੂੰ, ਉਹਨੇ ਜੱਫੀ ਪਾ ਲਈ ਲੱਖੇ ਸਧਾਣੇ ਨੂੰ, ਦੀਪ ਨੂੰ ਕਹਿਤਾ ਮੇਰੇ ਪੋਤਿਆ ਮੈਂ ਦਿੰਦਾ, ਮੈਂ ਗਵਾਹੀ ਭਰਦਾ ਕਿ ਮੇਰੀ ਗਵਾਹੀ ਦੇ ਵਿੱਚ ਉਹ ਸਾਰੇ ਆਏ ਆ, ਟਰੈਕਟਰ ਰੈਲੀ ਹੋਈ ਆ, ਤੇ ਤੂੰ ਇੱਕ ਪੰਜਾਬੀ ਹੋ ਕੇ ਆਪਣੇ ਪੁੱਤਾਂ ਨੂੰ ਇਨਕਾਰ ਕਰਤਾ। ਇਹ ਤੇਰੇ ਵਰਗੇ ਸੀਗੇ ਜਿਹੜੇ ਚਮਕੌਰ ਦੀ ਗਲੀ ਛੱਡ ਕੇ ਭੱਜ ਗਏ ਸੀਗੇ, ਉਹ ਫਿਰ ਵਾਪਸ ਆ ਗਏ ਆ। ਜੇ ਤੇਰੇ ਵਰਗੇ ਰਾਜੇਵਾਲ ਸਾਹਿਬ ਹੁੰਦੇ ਨਾ, ਜਿੱਦਾਂ ਤੁਸੀਂ ਫੱਟ ਬਿਆਨ ਦੇ ਦਿੱਤਾ, ਤੁਹਾਡੇ ਬਿਆਨ ਚੰਗੇ ਵੀ ਆ ਸਕਦੇ। ਪੁੱਤ ਮਰ ਗਿਆ ਕਿਸੇ ਦਾ ਗੋਲੀ ਦੇ ਨਾਲ, ਤੁਸੀਂ ਉੱਥੇ ਬਿਆਨ ਨਹੀਂ ਦਿੱਤਾ ਵੀ ਅਸੀਂ ਉਹਦਾ ਖਰਚਾ ਝੱਲਾਂਗੇ, ਸੰਘਰਸ਼ ਵਿੱਚ ਪੁੱਤ ਮਰਿਆ, ਇੱਕ ਵੀਡੀਓ ਨਹੀਂ ਆਈ। ਫਟਾਫਟ ਤੁਸੀਂ 4 ਲੱਖ 5 ਲੱਖ ਕਿਸਾਨਾਂ ਨੂੰ ਗਦਾਰ ਕਰਾਰ ਕਰਾਇਆ, ਕਹਿਤਾ ਜਿਹੜੇ ਹਿੰਦੂ ਵੀ, ਸਿੱਖ ਵੀ, ਈਸਾਈ ਵੀ, ਜਿਹੜੇ ਲਾਲ ਕਿਲੇ 'ਤੇ ਗਏ ਸੀ, ਲਾਲ ਕਿਲਾ ਸਾਰਿਆਂ ਨਾਲ ਸਾਂਝਾ ਸੀਗਾ, ਕਿਸਾਨ ਪਰੇਡ ਕਰ ਸਕਦੇ ਆ, ਕਿਸਾਨ ਝੰਡਾ ਕਿਸਾਨੀ ਦਾ ਚਲਾ ਸਕਦੇ ਆ, ਇੱਥੇ ਧਰਮ ਦਾ ਕੋਈ ਮੁੱਦਾ ਨਹੀਂ। ਅੱਜ ਮੈਂ ਗੱਲ ਕਰਾਂਗਾ, ਜੇ ਰਾਜੇਵਾਲ ਸਾਹਿਬ ਤੇਰੇ ਵਰਗੇ ਲੀਡਰ ਹੁੰਦੇ ਨਾ, ਤਾਂ 1947 ਵੇਲੇ ਉਹਨਾਂ ਯੋਧਿਆਂ ਨੂੰ ਗਦਾਰ ਦਾ ਕਰਾਰ ਦਿੰਦੇ। ਊਧਮ ਸਿੰਘ ਨੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ ਸੀ ਆਪਣੇ ਭਰਾ ਮਰਦੇ ਵੇਖ ਕੇ, ਬਾਪੂ ਮਰਦੇ ਵੇਖ ਕੇ, ਉਹ ਪੜ੍ਹਾਈ ਦੇ ਤੌਰ 'ਤੇ ਗਿਆ ਸੀ ਅਤੇ ਉਹਨੇ ਇੰਗਲੈਂਡ ਵਿੱਚ ਦੁਪਹਿਰ ਨੂੰ ਸਿਰਫ ਇਸ ਕਰਕੇ ਠੋਕਿਆ ਸੀ, ਬਾਕੀਆਂ ਨੂੰ ਪਤਾ ਲੱਗ ਗਿਆ ਕਿ ਮੇਰਾ ਦੇਸ਼ ਵਿਹਲਾ ਕਰੋ, ਮੇਰੇ ਦੇਸ਼ 'ਤੇ ਤੁਹਾਡਾ ਕੋਈ ਹੱਕ ਨਹੀਂ ਆ। ਜਲਿਆਂਵਾਲੇ ਬਾਗ ਵਿੱਚ ਬਹੁਤ ਸ਼ਹੀਦੀਆਂ ਹੋਈਆਂ ਸੀ, ਅਤੇ ਤੇਰੇ ਵਰਗੇ ਉਦੋਂ ਵੀ ਕਹਿ ਸਕਦੇ ਸਾਡੇ ਦੇਸ਼ ਨੂੰ ਬਦਨਾਮ ਕੀਤਾ, ਸਾਡੇ ਪੰਜਾਬ ਨੂੰ ਬਦਨਾਮ ਕੀਤਾ, ਸਾਡੀ ਸਿੱਖ ਕੌਮ ਨੂੰ ਬਦਨਾਮ ਕੀਤਾ, ਅਤੇ ਉੱਥੇ ਇਸੇ ਹਿੰਦੁਸਤਾਨ ਨੇ, ਇਸੇ ਹੀ ਭਾਰਤ ਨੇ ਉਹਦੀ ਬਾਡੀ ਇੱਥੇ ਲਿਆ ਕੇ ਸੰਸਕਾਰ ਕੀਤਾ, ਉਹਨੂੰ ਅੱਜ ਵੀ ਸ਼ਹੀਦ ਊਧਮ ਸਿੰਘ ਦਾ ਦਿੰਦੇ ਆ, ਖਿਤਾਬ ਦਿੰਦੇ ਆ, ਸ਼ਹੀਦ ਦਾ ਕਰਾਰ ਦਿੰਦੇ ਆ, ਉਹ ਵੀ ਇੱਕ ਪੰਜਾਬੀ ਸੀਗਾ। ਸਾਰਾ ਹਿੰਦੁਸਤਾਨ ਇਸ ਗੱਲ ਨੂੰ ਮੰਨਦਾ ਕਿ ਇੰਗਲੈਂਡ ਨੂੰ ਗੋਰਿਆਂ ਨੂੰ ਦੜਾਉਣ ਵਿੱਚ ਸਿੱਖਾਂ ਦਾ ਬਹੁਤ ਤੜਾ ਹੱਥ ਆ, ਅਤੇ ਅੱਜ ਵੀ ਉਹਦੇ ਨਾਂ ਦੀ ਪਰੇਡ ਹੁੰਦੀ ਆ। ਜੇ ਮੈਂ ਗੱਲ ਕਰਾਂ ਰਾਜੇਵਾਲ ਸਾਹਿਬ, ਤੁਹਾਡੇ ਵਰਗੇ ਸ਼ਹੀਦ ਭਗਤ ਸਿੰਘ ਨੂੰ ਵੀ ਕਹਿ ਸਕਦੇ ਜੀ ਕਿ ਇਹਨੇ ਸਾਡੇ ਦੇਸ਼ ਨੂੰ ਬਹੁਤ ਤੜਾ ਕੀਤਾ, ਇਹਨੂੰ ਅਸੈਂਬਲੀ ਹਾਲ ਵਿੱਚ ਬੰਬ ਸੁੱਟਣ ਦੀ ਕੀ ਲੋੜ ਪਈ ਸੀ? ਅਸੀਂ ਬਾਹਰ ਧਰਨੇ ਦਿੰਦੇ, ਅਸੀਂ ਬਾਹਰ ਬਹਿ ਕੇ ਗੋਰਿਆਂ ਨਾਲ ਗੱਲ ਕਰਦੇ, ਜਿਹੜੀਆਂ ਤੁਸੀਂ ਗੱਲਾਂ ਕਰਦੇ ਨਾ ਬਹਿ ਕੇ ਅੰਦਰ ਕੁਰਸੀਆਂ 'ਤੇ, ਤੁਸੀਂ ਵੇਖ ਜਾਂਦੇ ਆ ਜਿਹੜਾ ਸਰਕਾਰ ਉੱਠੂਗਾ ਉਹ ਰੋਊਗਾ, ਉਹ ਧਰਨੇ ਲਾਊਗਾ। ਉਸ ਟਾਈਮ ਭਗਤ ਸਿੰਘ ਦੀ ਕੀ ਉਮਰ ਸੀ? ਉਹਦੇ ਮੈਸੇਜ ਨਾਲ ਕ੍ਰਾਂਤੀ ਆਈ, ਉਹਦੇ ਮੈਸੇਜ ਦੇ ਨਾਲ ਹਿੰਦੂ ਵੀ ਜੁੜ ਗਏ, ਸਿੱਖ ਵੀ ਜੁੜ ਗਏ, ਈਸਾਈ ਵੀ ਜੁੜ ਗਏ, ਮੁਸਲਿਮ ਵੀ ਜੁੜ ਗਏ। ਅੱਜ ਉਹਨਾਂ ਕੁਰਬਾਨੀਆਂ ਨੂੰ ਸਾਰੀ ਦੁਨੀਆ ਯਾਦ ਕਰਦੀ, ਅਤੇ ਮੈਂ ਕਹਿੰਦਾ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਇੰਡੀਆ ਵਿੱਚ ਕੀ ਕੁਝ ਨਹੀਂ ਬਣ ਰਿਹਾ, ਅਤੇ ਸਾਰੇ 15 ਅਗਸਤ ਨੂੰ ਆਜ਼ਾਦੀ ਵੇਲੇ ਉਹਦਾ ਸਲੂਟ ਕਰਦੇ ਆ, ਭਗਤ ਸਿੰਘ ਦਾ ਨਾਂ ਲੈਂਦੇ, ਗੁਰੂ ਗੋਬਿੰਦ ਸਿੰਘ ਦਾ ਨਾਂ ਲੈਂਦੇ ਆ। ਤੂੰ ਤੇਰੇ ਵਰਗੇ ਉਹਨਾਂ ਨੂੰ ਵੀ ਗਦਾਰ ਕਰਾਰ ਦੇ ਸਕਦੇ ਸੀਗੇ, ਕਿਉਂਕਿ ਤੁਹਾਨੂੰ ਆਪਣੀ ਕੁਰਸੀ ਬਚਾਉਣ ਵਾਸਤੇ, ਆਪਣੀ ਸਟੇਜ ਬਚਾਉਣ ਵਾਸਤੇ ਤੁਹਾਨੂੰ ਜੂਨਾਂ ਵੀ ਕੂੜ ਪ੍ਰਚਾਰ ਕਰਨਾ ਪਊ, ਉਹ ਸਾਰਾ ਜਾਇਜ਼ ਆ। ਤੇਰੇ ਵਰਗੇ ਕਰਤਾਰ ਸਿੰਘ ਸ਼ਰਾਬੇ ਨੂੰ ਵੀ ਕਹਿ ਸਕਦੇ ਸੀ ਕਿ ਇੰਗਲੈਂਡ ਦਾ ਪਿੱਠੂ ਆ, ਅਮਰੀਕਾ ਦਾ ਪਿੱਠੂ ਆ, ਕੈਨੇਡਾ ਦਾ ਪਿੱਠੂ ਆ, ਕਿਉਂਕਿ ਉਹ ਪੜ੍ਹਨ ਵਾਸਤੇ ਗਿਆ ਸੀਗਾ। ਜਦ ਉਹਨੂੰ ਪਤਾ ਲੱਗਾ ਸੀ ਨਾ ਕਿ ਉਹਨੂੰ ਅੰਗਰੇਜ਼ਾਂ ਨੇ ਕਿਹਾ ਸੀਗਾ ਕਿ ਤੂੰ ਇਕਦਾਰ ਦੇਸ਼ ਤੋਂ ਆਇਆ ਵਾਂ, ਅਤੇ ਤੂੰ ਉਹਨੂੰ ਪੜ੍ਹਨ ਵਾਸਤੇ ਵੀ ਮਜਬੂਰ ਕਰਤਾ ਸੀ, ਉੱਥੇ ਕਿਸਾਨਾਂ ਦੇ ਨਾਲ ਅਮਰੀਕਾ ਕੈਨੇਡਾ 'ਚ ਵੀ ਧੱਕਾ ਆਉਂਦਾ ਕਿ ਇਕਦਾਰ ਦੇਸ਼ ਦੇ ਲੋਕ ਆ।
उस टाइम उन्हें दिल से ठेस वजी ही गदरी अखबार चलाई गदरी बापे का साथ दिता तो जो जापानी शिप काटा कामा घाटा मारू इंडिया पहुंचा तो 35 गदरी बाबे को गोलियां मार के अंग्रेजों ने मारता ही तो तेरे वर्गे उदों भी कह सकते ही अंग्रेजों को मराने में करतार सिंह सराभे का हाथ आ तेरे करतार सिंह सराभा उदों बच के श्रीलंका के राही फिर इंडिया में बढ़िया फिर भी उसना करतार सिंह सराभे यार ने गदारी करा के उन्होंने फड़वा के उन्होंने फांसी चाढ़ती गदार कौन आ साढ़े अपने कुर्सियां बचाने वाले अंग्रेजों ने पिट्ठू किसी गदार कहने तो पहला अपने गिरेबान वाल झाती मार तेरिया कि गदारों के पोटवानी आ गई तू सी उन्होंने बच्चों उन्होंने अपने हिक न लाने ली 5 लाख किसान गदार हो गया तो तीन किन्नी बारी तुम ये जड़िया किसान जथेबंदियों विके हो किन्ने किन्ने पैसे लैके विके हो 90% दीप सिद्धू सही बंदा खरा बंदा 22 लखे सधाने का तो दीप सिद्धू का साथ दो जे रही गल गदार दी ते गदार ते ओ भी सी जिन्होंने गुरु गोबिंद सिंह दे पिठ पिछे छुरा मारिया ही सूए आउंदे सीगे कदी संघर्ष फेल नहीं होंदे जिन्ने मर्जी गदार विच वरजन अपनी सोच एक रखो मैं अज 32 जथेबंदियों एक गल कहनी चाहना जां ते चुप करके लंगर छकी जा बैठे रहो ते जां ताए हरियाणे वाले राकेश डकैत नाल जुड़ जाओ भाई मैं सारे पंजाब वाले नूं अपील करदा इन्हां दे पिछे ना लगो हाँ साह जरूर दो एकता बना के रखो जिथे अज साडा ताऊ हरियाणे वाला कहिंदा ना राकेश डकैत उत्थे जुड़ो जिदा कहिंदा उत्थे करो ये जे दोहरे संघर्ष जुड़िया तुरिया सिर्फ डकैत करके जुड़िया वा ते मेरे वीर डकैत दे भरा राकेश ने नरेश ने 10,000 ट्रैक्टर मंगाया हरियाणे तो उन्हां नूं पता कि साडे सिख भरा की हिंदू भरा की किसानी की आ लड़ाई धर्म की लड़ाई नहीं मानते जिहड़ा पन्नू अमरीका तो कह दिया मैं 5 लख डालर दूँ 6 लख डालर दूँ ओ भाई वह क्यों पुत मरवाउण लगा क्यों गलत बयानबाजियां दिना तू जा ते इंडिया आ के गल कर तू उत्थे बह के ऐनका ला के जैकट जी पा के गल करी जाना यह गल्ला तेरे बाद भी बयान आ सकते हैं तू भाई रवि सिंह ज्यादा सियाना नहीं तू भाई रवि सिंह ज्यादा सियाना नहीं इत्थे संघर्ष चल रहा किसानी का अपने टिड्डा का अपने बच्चों का अपनी होंद का तुसी हाँ मैं मानता जे गलत मैसेज किया दुनिया वाले ताडे तक मेरे भैन भरा ये गल मानते भी झंडा चलाउण दे नाल गलत मैसेज गया कुछ हिंदू भीर विरुद्ध हो गया ये सोशल मीडिया गलत कर रहा गलत दिखा रहा कोई कितने झंडे का अपमान नहीं होंदा मैं कहना भारत माता की जय तिरंगे की जय जय जवान जय किसान मैं कहना यार मैनू ला दो फांसी जड़ी लाउणी आ हिंदू वीर मेरे अपने व्याहना तो भी मेरे वीर अपने आ पर गलत मैसेज देने वाली सिर्फ सोशल मीडिया विकया होया मीडिया वा जे उन्हां दा जोर है तो तुसीं अपने फेसबुक ते पाओ उत्थों दुनिया नूं दिखा लो वी की सच है ते की झूठ आ झूठे लाई जांदे आ वीडियो कि धरना वेला कराता किसानां ने पत्थरबाजी करती कोई गल नहीं असीं चुप हो के शांत हो के अपने हक्कां दे सोटे खा के अज संघर्ष जितना तो जेडे घर मुड़ गए ही ना जमीन कलिया टकैत दियाँ नहीं गिया लखे सधाने दिया ना NRI ने आण के वालनिया ना NRI ने आ के ट्रैक्टर पिछे पा के लै आनी असं यह चाहते हाँ कि जिदा तुसी अंग्रेजा वेले गुलाम होए सी ना इदा कि फिर ना गुलाम हो जाओ मोदी ना साड़ी कोई दुश्मनी नहीं कोई लेना देना नहीं कोई वो गलत नहीं बस सिर्फ तो सिर्फ जेडे काले कानून रद्द कराने वास्ते अज बीड़ा सारी दुनिया ने चुकया वो सारे साथ दो जो तख्तियां लैके तुम बैठे हो ना जे कोई हिंदू गलती करे तो तुम RSS का मुद्दा पा दें जे कोई सिख गलती करे तो तुम खालिस्तानी की तख्ती पा दें तो फिर क्यों कहते हैं हिंदू सिख भैन भरा वा हिंदू सिख 9 मास का रिश्ता हिंदू सिख ही एक दूजे के खून का प्यासा होया तो जिन्हों यह गल लगती है कि हिंदू सिख 9 मास का रिश्ता नहीं अचल साहब जाके सौवा खा रहे हो एक सरोवर में इनान हों शिवाजी की उत्थे मूर्ति शिवाजी का उत्थे मंदिर उत्थे 9वीं 10वीं का मेला लगता तो फिर क्यों एक नहीं दिवाली दशहरा लोहड़ी सारा कुछ इकट्ठा मनाया जाता कुछ गलत बंदियां करके सानू पाड़िया गया किसान पंजाब का कला नहीं हरियाणे का यूपी का उत्तर प्रदेश का गुजरात का हर एक किसान किसान ही गिणिया जाना जिस किसान
ਉਹਦੀ ਮਿਹਨਤ ਨਾ ਮਿਲੇ, ਉਹ ਰੁਲਦਾ ਫਿਰੇ, ਉਹਦੇ ਹੱਕ ਦੇ ਵਿੱਚ ਸਾਰੀ ਦੁਨੀਆ ਖੜੀ ਆ। ਅਤੇ ਦੂਜੀ ਗੱਲ ਜਿਹੜੀ ਅੱਜ ਪਤਾ ਲੱਗਾ ਕਿ 200 ਪੁਲਿਸ ਵਾਲੇ ਨੇ ਆਪਣੀ ਨੌਕਰੀ ਤੋਂ ਛੱਡ ਦਿੱਤੀ ਆ ਕਿ ਅਸੀਂ ਕਿਸਾਨਾਂ ਨੂੰ ਡਾਂਗਾ ਨਹੀਂ ਮਾਰਾਂਗੇ, ਸੋਟੇ ਨਹੀਂ ਮਾਰਾਂਗੇ, ਅਸੀਂ ਕਿਸਾਨਾਂ ਦੇ ਅੱਤਿਆਚਾਰ ਨਹੀਂ ਕਰਾਂਗੇ। ਮੇਰੇ ਫੌਜੀ ਵੀਰੋ, ਤੁਹਾਨੂੰ ਵੀ ਬੇਨਤੀ ਆ, ਪੁਲਿਸ ਵਾਲਿਆਂ ਨੂੰ ਵੀ ਬੇਨਤੀ ਆ, ਵਰਦੀ ਲਾ ਕੇ ਖਲੋ ਅਤੇ ਤੁਹਾਨੂੰ ਪ੍ਰਸ਼ਾਦਾ ਛਕਾਉਣਗੇ, ਤੁਸੀਂ ਵੀ ਉਹਨਾਂ ਦੇ ਪੁੱਤ ਆ, ਤੁਹਾਡੀ ਇੱਜ਼ਤ ਕਰਨਗੇ। ਉਹ ਤੁਸੀਂ ਇੱਕ ਰਾਜਨੀਤਿਕ ਪਾਰਟੀ ਕਰਕੇ, ਇੱਕ ਗਲਤ ਬੰਦੇ ਕਰਕੇ ਅੱਜ ਹਿੰਦੂ ਭਰਾਵਾਂ ਦੇ ਵੱਟੇ ਮਾਰਨੇ ਆ, ਸਿੱਖਾਂ ਭਰਾਵਾਂ ਦੇ ਮੱਟੇ ਮਾਰਨੇ ਆ, ਉਹਨਾਂ ਦਾ ਲਹੂ ਨਿਚੋੜਨਦੇ ਆ। ਕਦੀ ਉਹੋ ਹੀ ਬੰਦੇ ਸੀ ਨਾ ਕਿ ਜਿਹੜੇ ਫਾਂਸੀਆਂ 'ਤੇ ਲਟਕੇ ਸੀ, ਉਹ ਜਿਨ੍ਹਾਂ ਨੇ ਅਨੰਨੀਆਂ ਕੁਰਬਾਨੀਆਂ ਦਿੱਤੀਆਂ। ਗੁਰੂ ਗੋਬਿੰਦ ਸਿੰਘ ਦੇ ਬੱਚੇ ਯਾਦ ਕਰ ਲਿਓ, ਛੋਟੇ ਸਾਹਿਬਜ਼ਾਦੇ, ਕਿੰਨੀਆਂ ਕੁਰਬਾਨੀਆਂ ਹੋਈਆਂ। ਅਤੇ ਅੱਜ ਵੀ ਅਸੀਂ ਉਸ ਭਾਰਤ ਦੀ ਜੈ ਮੰਗਦੇ ਹਾਂ, ਖੈਰ ਮੰਗਦੇ ਹਾਂ। ਉਸ ਦੇਸ਼ ਨੂੰ ਟੁੱਟਣਾ ਨਹੀਂ ਚਾਹੀਦਾ, ਉਸ ਦੇਸ਼ ਦੇ ਕਿਸਾਨ ਗਰੀਬ ਨਹੀਂ ਹੋਣੇ ਚਾਹੀਦੇ, ਉਸ ਦੇਸ਼ 'ਤੇ ਕਿਤੇ ਆਂਚ ਨਹੀਂ ਆਉਣੀ ਚਾਹੀਦੀ। ਇਹ ਮੁੱਦਾ ਸਿਰਫ ਅਤੇ ਟਿਕੈਤ ਜਾਂ ਡਕੈਤ ਨਹੀਂ ਵੀ, ਟਿਕੈਤ ਜੋ ਵੀ ਆ, ਅੱਜ ਕਿੱਥੇ ਗਏ ਸਿੰਗਰ, ਅੱਜ ਕਿੱਥੇ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਉਂਦੇ ਆ, ਕੋਈ ਅਕਾਲੀ ਦਲ, ਕੋਈ ਕਾਂਗਰਸ, ਕੋਈ BJP ਜਾਂ ਕੋਈ ਕਿਹੜੀ ਪਾਰਟੀ ਜਿਹੜਾ ਕਿਸਾਨਾਂ ਦਾ ਸਾਥ ਦੇਣ ਦੀ ਆ। ਅਤੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਤੁਹਾਡੇ ਘਰਾਂ ਦੇ ਵਿੱਚ, ਆਉਣਾ ਤੁਹਾਨੂੰ ਕਿੰਨੇ ਲਾਲਚ ਦਿੰਦੇ ਆ, ਕਿੱਡਾ ਤੁਹਾਡਾ ਪਿਆਰ ਕਰਦੇ ਆ, ਅੱਜ ਉਹੋ ਹੀ ਤੁਹਾਨੂੰ ਡਾਂਗਾ ਮਾਰਨ ਆਉਂਦੇ ਆ, ਕਿਹੜੇ ਰੂਪ ਦੇ ਵਿੱਚ ਮਾਰਨ ਆਉਂਦੇ ਆ। ਜੰਗ ਤੁਸੀਂ ਜਿੱਤਣੀ ਆ, ਸਭ ਕੁਝ ਕਰਨਾ ਤੁਸੀਂ ਆ, ਅਤੇ ਸਿਹਰਾ ਜਾ ਕੇ ਫਿਰ ਉਹਨਾਂ ਪਾਰਟੀਆਂ ਨੇ ਵੱਜਣਾ। ਮੈਂ ਰਾਜੇਵਾਲ ਸਾਹਿਬ ਨੂੰ ਫਿਰ ਇੱਕ ਵਾਰੀ ਗੱਲ ਕਹਿੰਦਾ, ਅਤੇ ਜਿੰਨੀਆਂ ਬਾਕੀ ਜਥੇਬੰਦੀਆਂ, ਇੱਕ ਸਿਆਣੇ ਗੱਲ ਕਹਿੰਦੇ ਹੁੰਦੇ ਨਾ, ਬੇਰ ਖਾਣ ਨੂੰ ਬਾਂਦਰੀ, ਟੰਬੇ ਖਾਣ ਨੂੰ ਰੇਸ਼ਾ, ਓਏ ਬੈਰੀਅਲ ਭੰਨਣ ਨੂੰ, ਬਾਰਡਰ ਭੰਨਣ ਨੂੰ। ਉਹ ਸਾਡੇ ਨੌਜਵਾਨ ਲੱਖਾ ਸਧਾਣਾ ਅਤੇ ਦੀਪ ਵੀਰ, ਤੁਹਾਡੀਆਂ ਸਟੇਟਾਂ ਕਿੱਦਾਂ ਉੱਥੇ ਲੱਗ ਗਈਆਂ ਇਸ ਤੋਂ ਪਹਿਲਾਂ, ਤੁਸੀਂ ਮੈਨੂੰ ਨਹੀਂ ਸਮਝੋ ਉਹਨੇ ਕਿੱਦਾਂ ਪਹੁੰਚ ਗਏ। ਮੈਂ ਕਹਿੰਦਾ ਵੀ ਜਿੰਨਾ ਪੰਜਾਬ ਵਿੱਚ ਦਮ ਨਹੀਂ, ਜਿੰਨਾ ਹਰਿਆਣੇ ਵਾਲਿਆਂ 'ਚ ਦਮ ਆ। ਇੱਕ ਹਰਿਆਣੇ ਵਾਲੇ ਬਾਈ ਨੇ ਆਪਣੇ ਬੱਚੇ ਚੁੱਕ ਕੇ, ਆਪਣੀ ਘਰ ਵਾਲੀ ਨਾਲ ਚੱਕ ਕੇ, ਕਹਿ ਤਾ ਕਿ ਤਾਊ ਰੋ ਪਿਆ ਸੀ, ਜਾਣਾ ਵਾ ਪੰਜਾਬ ਵਾਲੇ। ਹੋ ਸਕਦਾ ਤੁਸੀਂ ਗੱਲਾਂ ਦੇ ਸ਼ੇਰ ਹੋਵੋਗੇ, ਪਰ ਮਰਦਾਨਗੀ ਵਿਖਾਲੀ ਹਰਿਆਣੇ ਵਾਲਿਆਂ ਨੇ। ਤੁਸੀਂ ਗੱਲਾਂ ਕਰਦੇ ਸਾਡੇ ਭਰਾ ਵਾ, ਪਹਿਲਾਂ ਤੁਹਾਡਾ ਉਹਨਾਂ ਰਸਤਾ ਖੋਲ੍ਹਿਆ, ਤੁਹਾਨੂੰ ਦੁੱਧ ਪਾਣੀ ਰੋਟੀ ਪਾਣੀ ਉਹਨਾਂ ਹਰਿਆਣੇ ਤੋਂ ਪਹੁੰਚਾਇਆ, ਤੰਬੂ ਲਵਾਏ, ਸਟੇਜਾਂ ਲਵਾਈਆਂ। ਅੱਜ ਤਾਊ ਹਰਿਆਣੇ ਵਾਲਾ ਰਕੇਸ਼ ਵਰਲਡ ਵਿੱਚ ਛਾ ਗਿਆ, ਦੁਨੀਆ ਵਿੱਚ ਛਾ ਗਿਆ। ਮੈਂ ਕਹਿੰਦਾ 32 ਸਟੇਜਾਂ ਬੰਦ ਕਰਕੇ ਨਰੇਸ਼ ਦੇ ਨਾਲ। ਸੋ ਮੈਂ ਆਪਣੀ ਵੀਡੀਓ ਖਤਮ ਕਰਦਾ। ਮੇਰੇ ਜੇ ਪੰਜਾਬ ਵਾਲਿਓ, ਮਾਝੇ ਵਾਲਿਓ, ਜਾਂ ਦੇ ਹੱਥਾਂ ਵਿੱਚ ਚੂੜੀਆਂ ਪਾ ਲਓ, ਅਤੇ ਜਾਂ ਫਿਰ ਚੱਕ ਲਓ ਜੁੱਲੀ ਬਿਸਤਰਾ, ਚੱਕ ਲਓ ਟਰੈਕਟਰ ਟਰਾਲੀਆਂ। ਮੇਰੇ ਖੁਸ਼ ਗ੍ਰਾਹੇ ਵੀਰ ਅਸਟਰੀਆ ਵਾਲੇ ਨੇ ਇੱਥੋਂ ਤੱਕ ਐਲਾਨ ਕਰਤਾ ਕਿ ਅਚਲ ਸਾਹਿਬ ਅੱਡੇ ਤੋਂ HP ਕੇ HP ਵਾਲਿਆਂ ਦਾ ਪੈਟਰੋਲ ਪੰਪਿਆ, 2 ਲੱਖ ਦਾ ਤੇਲ ਚਾਹੀਦਾ, 3 ਲੱਖ ਦਾ ਤੇਲ ਚਾਹੀਦਾ, ਟਰੈਕਟਰ ਭਰ ਭਰ ਦਿੱਲੀ ਵੱਲ ਨੂੰ ਲੈ ਜਾਓ। ਇਹ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਆ। ਅਚਲ ਬ੍ਰੇਕਾਂ ਮਾਰ ਮਾਰ ਕੇ ਜਿੰਨਾ ਮਰਜ਼ੀ ਤੇਲ ਪਵਾ ਲਓ, ਅਜੇ ਕਣਕ ਤੁਹਾਡੀ ਹਰੀ ਆ, ਪੱਕਣ ਤੋਂ ਪਹਿਲਾਂ ਅੰਡਾਨੀਆਂ ਅੰਬਾਨੀਆਂ ਦੇ ਗੋਦਾਮਾਂ 'ਚ ਜਾਣ ਤੋਂ ਪਹਿਲਾਂ ਕਾਲੇ ਕਾਨੂੰਨ ਰੱਦ ਕਰਾ ਲਓ, ਅਤੇ ਜਾਂ ਫਿਰ ਤਗੜੇ ਹੋ ਜਾਓ ਪੈਕਟਾਂ 'ਚ ਆਟਾ ਖਾਣ ਨੂੰ, ਜਾ ਕੇ ਫਿਰ ਘਰਾਂ 'ਚ ਬਹਿ ਜਾਓ। ਪਹਿਲੀ ਗੱਲ ਤਾਂ ਬਹੁਤੇ ਮੇਰੇ ਵੀਰ ਤਾਂ ਮੁੜੇ ਸੀ ਕਿ 26 ਜਨਵਰੀ ਦੀ ਪਰੇਡ ਵੇਖਣ ਆਏ ਸੀ, ਜਿਹੜਾ ਸੰਦੇਸ਼ ਦਿੱਤਾ ਸੀਗਾ, ਬੱਚੇ ਦਾਖਲ ਸਕੂਲੇ ਕਰਾਉਣੇ ਸੀਗੇ। ਪਤਾ ਲੱਗਾ ਕਿ ਆਟਾ ਪਾਣੀ ਹਰ ਚੀਜ਼ ਆਪਣੇ ਘਰੋਂ ਲੈਣ ਗਏ, ਚਾਚੀਆਂ ਤਾਈਆਂ ਨੂੰ ਮਿਲ ਗਏ, ਬਾਪੂਆਂ ਨੂੰ ਮਿਲ ਗਏ, ਬੱਚੇ ਜਿੱਦ ਕਰਦੇ ਮਿਲ ਗਏ। ਉਹ ਜਦੋਂ ਪਤਾ ਲੱਗਾ ਨਾ, ਜਦੋਂ ਪਤਾ ਲੱਗਾ ਵੀ ਤਾਇਊ ਰੋ ਪਿਆ, ਸਾਡੀ ਲੋੜ ਪੈ ਗਈ ਆ, ਉਸੇ ਟਾਈਮ ਮੈਂ ਕਹਿੰਦਾ ਵੀ ਉਹ ਕਿ ਜਿੱਦਾਂ ਕਬੱਡੀ ਵਾਲਾ ਬਾਜੀ ਜੰਡ ਨਹੀਂ ਆ, ਐਂ ਧੂ ਧੂ ਕੇ ਲੈ ਆਉਂਦਾ ਬੰਦਿਆਂ ਨੂੰ, ਬਾਜੀ ਜੰਡ ਵਾਂਗੂੰ ਧੂ ਧੂ ਕੇ ਲੈ ਆਉਂਦਾ ਉਹਨਾਂ ਨੇ। ਉਹ ਯਾਰ, ਜੇ ਤੁਹਾਡਾ NRI ਵੀਰ ਤੁਹਾਨੂੰ ਰੋ ਕੇ ਕਹਿ ਸਕਦਾ ਕਿ ਤੁਰ ਪੋ ਰੱਬ ਦਾ ਵਾਸਤਾ ਤੁਰ ਪੋ, ਚਲ ਜਾਓ ਦਿੱਲੀ ਨੂੰ, 40 ਮੁਕਤਿਆਂ ਵਾਲਾ ਨਾ ਕੰਮ ਕਰਿਓ, ਗੁਰੂ ਤੋਂ ਬੇਮੁੱਖ ਨਾ ਹੋ ਜਿਓ। ਉਦੋਂ ਤੁਸੀਂ ਕਹਿੰਦੇ ਆ ਕਿ ਮੇਰੇ ਵਰਗਾ ਹੁੰਦਾ ਤਾਂ ਨਾ ਮੁੜਦਾ, ਅੱਜ ਤੁਹਾਡੇ ਵਰਗਾ ਹੀ ਮੁੜੇ ਆ, ਜੇ ਇਨਸਾਨੀਅਤ ਮੁੱਕ ਗਈ ਆ ਨਾ, ਅਤੇ ਚੁੱਪ ਹੋ ਕੇ ਫਿਰ ਖਾਓ ਰੋਟੀਆਂ, 1-2 ਸਾਲ ਬਾਅਦ ਤੁਹਾਨੂੰ ਪਤਾ ਲੱਗ ਜੂ ਲਾਲੀ ਦੀਆਂ ਕਈਆਂ ਗੱਲਾਂ ਦਾ, ਅਤੇ ਤਾਂ ਫਿਰ ਤਗੜੇ ਹੋ ਕੇ ਤੁਰ ਪੋ। ਅਤੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਆ ਨਾ, ਪੰਜਾਬ ਦੇ ਹਰ ਗਰੁੱਪ ਵਿੱਚ ਮੇਰੀ ਵੀਡੀਓ ਕੱਢ ਦਿਓ ਕਿ ਮੇਰਾ ਸੁਨੇਹਾ ਵਾਂ ਕਿ ਗਲਤ ਪਵਾਵਾਂ,
ਤੇ ਗਦਾਰਾਂ ਦੀਆਂ ਜਿਹੜੀਆਂ ਤਖਤੀਆਂ ਗੱਲ 'ਚ ਪਾ ਦਿੰਦੇ ਨਾ ਆਪਣੇ ਪੰਜਾਬੀ ਆਪਣਿਆਂ ਦੇ, ਇਹ ਬੰਦ ਕਰ ਦਿਓ। ਉਹ ਸਰਟੀਫਿਕੇਟ ਪਾੜ ਦਿਓ ਜਿਹੜੇ ਤੁਹਾਡੇ ਹੱਥ ਵਿੱਚ ਕੁਝ ਬੰਦਿਆਂ ਦੇ ਆ, ਕਿ ਇਹਨੂੰ ਵੀ ਗਦਾਰ ਦਾ ਸਰਟੀਫਿਕੇਟ ਦੇ ਦਿੱਤਾ, ਇਹਨੂੰ ਵੀ ਗਾਲਾਂ ਕੱਢਤੀਆਂ। ਰਵਨੀਤ ਬਿੱਟੂ ਨੂੰ ਤੁਸੀਂ ਗਾਲਾਂ ਕੱਢ ਕੇ ਕਿੰਨਾ ਕੁ ਚੰਗਾ ਕੀਤਾ, ਗੁਰਦਾਸ ਮਾਨ ਨੂੰ ਸਟੇਜ 'ਤੇ ਬੋਲਣ ਨਹੀਂ ਦਿੱਤਾ, ਤੁਸੀਂ ਕਿੰਨਾ ਕੁ ਚੰਗਾ ਕੀਤਾ। ਮੱਟ ਸ਼ੇਰ ਵਾਲਾ ਕਿੰਨਾ ਕੁ ਜਾ ਕੇ ਧਰਨੇ ਦੇ ਵਿੱਚ ਆਇਆ, ਉਸ ਬੰਦੇ ਨੇ ਕਹਿ ਤਾ ਕਿ ਦੀਪ ਸਿੱਧੂ ਗਦਾਰ ਆ, ਉਹਦੀ ਕੀ ਦੇਣ ਆ, ਗਦਾਰ ਤੇ ਉਹ ਆਪ ਆ। ਕਿਸੇ ਨੂੰ ਚੰਗਾ ਵੀ ਨਹੀਂ ਕਹਿ ਸਕਦੇ, ਮਾੜਾ ਕਾਹਤੋਂ ਕਹਿੰਦੇ ਆ। ਮੱਟ ਸ਼ੇਰ ਵਾਲੇ ਦੀ ਮੈਂ ਗੱਲ ਦੱਸਦਾ, ਮੱਟ ਸ਼ੇਰ ਵਾਲੇ ਨੇ ਮੇਰੀ ਇੱਕ ਵੀਡੀਓ ਪਾਈ ਸੀ ਕਿ ਮੈਂ ਸਨੀ ਦਿਓਰ ਨੂੰ 2.5 ਕਿਲੋ ਦੇ ਹੱਥ ਦੀ ਗੱਲ ਕੀਤੀ, ਹੰਸਰਾਜ ਨੂੰ ਸਿੱਲੀ ਸਿੱਲੀ ਹਵਾ ਦੀ ਗੱਲ ਕੀਤੀ ਸੀ, ਹੇਮਾ ਮਾਲੜੀ ਦੀ ਗੱਲ ਕੀਤੀ ਸੀ। ਇਸ ਬੰਦੇ ਨੇ ਮੇਰਾ ਆਈਡੀਆ ਚੁੱਕ ਕੇ ਮੇਲਿਆਂ ਵਿੱਚ ਲੋਕਾਂ ਨੂੰ ਹਾਸੇ ਪਾ ਕੇ ਕਿ ਸਾਡੇ ਸੀਰੀ ਦਾ 2.5 ਕਿਲੋ ਦਾ ਹੱਤਿਆ, ਸਨੀ ਦਿਓਰ ਇੱਦਾਂ ਵਾ, ਹੰਸਰਾਜ ਇੱਦਾਂ ਵਾ, ਸਿੱਲੀ ਸਿੱਲੀ ਹਵਾ ਇੱਦਾਂ ਆਉਂਦੀ ਦਿੱਲੀ ਵੱਲੋਂ, ਮੇਰੀਆਂ ਵੀਡੀਓ ਚੁੱਕ ਕੇ ਮੇਰਾ ਹੀ ਸਾਰੀ ਗੱਲ ਚੁੱਕ ਕੇ ਅਤੇ ਮੇਲਿਆਂ ਵਿੱਚ ਸ਼ੌਰਤ ਕੱਟ ਗਿਆ। ਮੈਨੂੰ ਸ਼ੌਰਤ ਦੀ ਲੋੜ ਨਹੀਂ। ਜਿਸ ਦਿਨ ਮੈਂ ਮੱਟ ਸ਼ੇਰ ਵਾਲਿਆ ਤੈਨੂੰ ਫੋਨ ਕਰਕੇ ਪੁੱਛਿਆ ਕਿ ਬਾਈ ਤੇਰਾ ਆਈਡੀਆ ਸੀ ਨਾ ਕਿੱਦਾਂ, ਇਹ ਤਾਂ ਲਾਲੀ ਬਟਾਲੇ ਤੇ ਤੂੰ 2 ਹਫ਼ਤੇ ਪਹਿਲਾਂ ਵੀਡੀਓ ਪਾਤੀ, ਅਤੇ ਤੂੰ ਕਿਹਾ ਸੀ ਮੈਂ ਲਾਲੀ ਨੂੰ ਜਾਣਦਾ ਨਹੀਂ, ਤੁਸੀਂ ਮਸ਼ਹੂਰੀ ਲੈਣ ਵਾਸਤੇ, ਪਬਲਿਕ ਸਿਟੀ ਲੈਣ ਵਾਸਤੇ, ਚੰਗਾ ਵਿਊ ਬਣਾਉਣ ਵਾਸਤੇ ਉਹਨਾਂ TC ਦੇ ਬੇਰਾਂ ਨੂੰ ਹੱਥ ਪਾਉਂਦੇ ਹਾਂ। ਅੱਖਾਂ 'ਚ ਰੋਣ ਆਉਂਦਾ ਕਿ ਜਿਹੜੇ ਦੇਸ਼ ਵਾਸਤੇ ਕੁਝ ਕਰਨ ਡੇ ਆ, ਤੁਸੀਂ ਕਹਿੰਦੇ ਆ ਕਿ ਲਾਲ ਕਿਲੇ 'ਤੇ ਕਿੱਦਾਂ ਪਹੁੰਚ ਗਿਆ, ਉਹ ਦਿੱਲੀ ਕਿੱਦਾਂ ਪਹੁੰਚ ਗਿਆ। ਉਹ ਯਾਰ ਉਹ ਤੁਹਾਨੂੰ ਸੱਚਾ ਸਾਬਤ ਕਰਨ ਵਾਸਤੇ ਤੁਹਾਨੂੰ 10 ਸਾਲ ਵੀ ਲਾ ਦਿਓ ਨਾ, ਤਾਂ ਤੁਸੀਂ ਤਾਂ ਵੀ ਉਹਨੂੰ ਜੁੱਤੀਆਂ ਹੀ ਮਾਰਦੇ ਹਾਂ। ਕੋਈ ਚੰਗਾ ਤਕੜਾ ਐਕਟਰ ਹੋ ਕੇ, ਕੋਈ ਲੱਖਾਂ ਰੁਪਈਆਂ ਦਾ ਬੰਦਾ ਹੋ ਕੇ ਤਾਂ ਸਾਡੇ ਕਿਸਾਨਾਂ ਵਿੱਚ ਡਾਂਗਾ ਖਾਂਦਾ ਫਿਰੂ। ਜੇ ਉਹ RSS ਦਾ ਬੰਦਾ ਲਾ ਲਓ ਹੈਗਾ, ਕਦੇ ਨਾ ਕਦੇ ਤਾਂ ਉਹ ਫਸੂਗਾ ਹੀ। ਜਾਂ ਇਹ ਇਕੱਲਾ ਤਾਂ ਅਮਲ ਤਾਂ ਪਹਿਲੀ ਗੱਲ ਤਾਂ ਸਾਬਤ ਨਹੀਂ ਹੋਇਆ ਵੀ ਉਹ ਗਲਤ ਆ, ਇਹੋ ਜਿਹੇ ਕਈ ਬੰਦੇ ਆਏ ਹੋਣਗੇ। ਜੇ ਬਾਜਾਂ ਵਾਲੇ ਤੇ ਰੱਬ ਤੇ ਤੁਹਾਨੂੰ ਕਿਸਾਨੀ ਦਾ ਯਕੀਨ ਹੈ ਨਾ, ਤੇ ਜਿਹੜੇ ਨਕਲੀ ਬੰਦੇ ਆਏ ਆ ਜਾਂ ਸੂਈਏ ਆਏ ਆ, ਉਹ ਸਾਰੇ ਨੰਗੇ ਹੋ ਜਾਣੇ ਆ। ਉਹ ਰੱਬ ਤੇ ਯਕੀਨ ਛੱਡੋ, ਪਰ ਤੁਸੀਂ ਤਖਤੀਆਂ ਪਾਉਣ ਵਾਲੇ ਕੌਣ ਹੁੰਦੇ ਆ, ਤੁਸੀਂ ਕਿਸੇ ਨੂੰ ਝੂਠਾ ਕਰਾਰ ਦੇਣ ਵਾਲੇ ਕੌਣ ਹੁੰਦੇ ਆ। ਦੀਪ ਸਿੱਧੂ ਉਦਣ ਤੁਹਾਡੇ ਵਾਸਤੇ ਰੱਬ ਹੀ, ਜਿੱਦਣ ਬੈਰੀਅਰ ਤੋੜ ਤੋੜ ਕੇ ਸਟੇਜਾਂ 'ਤੇ ਲੋਕਾਂ ਨੂੰ ਇਕੱਠੇ ਕਰਦਾ ਸੀ, ਲੱਖਾਂ ਸੰਧਾਣਾ ਗੈਂਗਸਟਰ ਤੁਹਾਨੂੰ ਲੱਗਦਾ, ਤੁਹਾਨੂੰ ਬਦਮਾਸ਼ ਲੱਗਦਾ, ਲੱਖਾਂ ਵੀ ਨਿਤਰੂਗਾ, ਦੀਪ ਵੀ ਨਿਤਰੂਗਾ, ਪਰ ਆਪਣੇ ਆਪ ਨੂੰ ਡਿਪਰੈਸ਼ਨ ਵਿੱਚੋਂ ਕੱਢੋ। ਆਪਣੇ ਪੰਜਾਬੀਆਂ ਨੂੰ ਗਲਤ ਜਾਂ ਆਪਣੇ ਕਿਸਾਨਾਂ ਨੂੰ ਗਲਤ ਸਾਬਤ ਕਰਨਾ ਛੱਡ ਦੋਗੇ ਨਾ, ਯਕੀਨ ਬਣਾ ਕੇ ਅੱਗੇ ਆਓਗੇ ਨਾ, ਅਤੇ ਤੁਹਾਨੂੰ ਸਭ ਕੁਝ ਭੁੱਲ ਜੂਗਾ। ਇੱਕੋ ਗੱਲ 'ਤੇ ਰੱਟ ਲਾ ਕੇ ਬੈਠੇ, ਹਾਏ ਹਾਏ ਕਿਸਾਨੀ ਦਾ ਝੰਡਾ ਕਿਉਂ ਝੁੱਲ ਗਿਆ, ਹਾਏ। ਤੁਸੀਂ ਇਹ ਕਦੇ ਪੁੱਛਿਆ ਕਿ ਮੋਦੀ ਜੀ ਸਾਡਾ ਲਾਲ ਕਿਲਾ ਸਾਰਿਆਂ ਦਾ ਸਾਂਝਾ, ਕਿਹਦੇ ਕੋਲ ਪੁੱਛ ਕੇ ਕਿਹੜੇ ਕਾਨੂੰਨ ਦੇ ਹਿਸਾਬ ਦੇ ਨਾਲ ਤੁਸੀਂ ਉਹਨੂੰ 25 ਕਰੋੜ ਦਾ ਠੇਕੇ ਦੇ ਦਿੱਤਾ, ਹਾਲਾਂਕਿ ਉਹ ਪ੍ਰਾਈਵੇਟ ਚੀਜ਼ ਹੋ ਚੁੱਕੀ ਆ। ਅੰਡਾਨੀਆਂ ਅੰਬਾਨੀਆਂ ਨੂੰ ਡਾਲਮੀਆਂ ਨੂੰ ਕੋਈ ਫਿਕਰ ਨਹੀਂ, ਉਹਨਾਂ ਨੂੰ ਕੋਈ ਫਿਕਰ ਨਹੀਂ ਜਿਹੜੇ ਠੇਕੇ 'ਤੇ ਕਰੋੜਾਂ ਰੁਪਈਆ ਕਮਾ ਰਹੇ ਆ। ਉਸੇ ਲਾਲ ਕਿਲੇ 'ਤੇ ਲੋਕ ਮਸ਼ੂਕਾਂ ਲੈ ਕੇ ਆਉਂਦੇ, ਚਾਹਵਾਂ ਪੀਂਦੇ, ਬੀੜੀਆਂ ਫੂਕਦੇ, ਉਦੋਂ ਲਾਲ ਕਿਲੇ ਦੀ ਵਿਆਪਤੀ ਨਹੀਂ ਹੁੰਦੀ। ਤਿਰੰਗਾ ਸਭ ਤੋਂ ਉੱਚਾ ਵਾ, ਅਸੀਂ ਭਾਰਤ ਦਾ ਸਤਿਕਾਰ ਕਰਦੇ ਹਾਂ, ਤਿਰੰਗਾ ਸਭ ਤੋਂ ਉੱਚਾ ਵਾ। ਅਤੇ ਜੇ ਰਹੀ ਗੱਲ ਮੋਦੀ ਦੀ ਜਾਂ ਜਿਹੜੇ ਬਹੁਤੇ ਡਿਪਰੈਸ਼ਨ ਵਿੱਚ ਗਏ ਆ ਜਾਂ ਜਿਨ੍ਹਾਂ ਨੂੰ ਲੱਗਦਾ ਸੰਘਰਸ਼ ਗਲਤ ਹੋ ਗਿਆ, ਫੇਲ ਹੋ ਗਿਆ ਇੱਕ ਕਿਸਾਨਾਂ ਦੇ ਝੰਡੇ ਕਰਕੇ, ਕਿਸਾਨੀ ਦੇ ਝੰਡੇ ਕਰਕੇ, 25 ਕਰੋੜ ਰੁਪਈਆ ਠੇਕੇ ਦਾ ਵਾ। ਅਤੇ ਸੋਹਣਿਓ, ਜੇ NRI ਜਾਂ ਇਹਨਾਂ ਨਾਲ ਲੰਗਰ ਲਾ ਸਕਦੇ, ਇਹਨਾਂ ਨਾਲ ਖਰਚਾ ਕਰ ਸਕਦੇ, ਅਤੇ 25 ਕਰੋੜ ਇਕੱਠਾ ਕਰਕੇ ਤੁਸੀਂ ਵੀ ਠੇਕਾ ਦੇ ਸਕਦੇ, 26 ਕਰੋੜ ਦੇ ਕੇ ਤੁਸੀਂ ਲੈ ਲਓ ਲਾਲ ਕਿਲਾ, ਤੁਸੀਂ ਲੈ ਲਓ। ਅਤੇ ਜਿਸ ਦਿਨ ਲਾਲ ਕਿਲਾ ਵੇਖਿਆ ਤਾਂ ਕਿਹਦੀ ਮਾਂ ਨੂੰ ਮਾਸੀ ਆਖੋਗੇ? ਰੌਲਾ ਲਾਲ ਕਿਲੇ ਦਾ ਨਹੀਂ, ਰੌਲਾ ਝੰਡੇ ਦਾ ਨਹੀਂ, ਸਿਰਫ ਰੌਲਾ ਸੋਸ਼ਲ ਮੀਡੀਆ ਤੁਹਾਨੂੰ ਜਿੱਧਰ ਨੂੰ ਸ਼ਿਕਵਾ ਤੋਰਦੀ ਆ। ਸਾਨੂੰ ਲੋਕ ਪੰਜਾਬੀਆਂ ਨੂੰ ਭੇਡੂ ਕਿਉਂ ਆਉਂਦੇ ਆ, ਭੇਡਾਂ ਕਿਉਂ ਆਉਂਦੇ ਆ? ਅਸੀਂ ਜਿੰਨੇ ਇੱਕ ਨੇ ਕਿਹਾ ਤਾਂ ਹਾਏ ਸੰਘਰਸ਼ ਗਲਤ ਹੋ ਗਿਆ, ਹਾਏ ਬੀਬੀਓ ਅਸੀਂ ਮਾਰੇ ਗਏ ਲੁੱਟੇ ਗਏ, ਅਸੀਂ ਉੱਧਰ ਨੂੰ ਤੁਰ ਪੈਣਾ, ਉਸੇ ਗੱਲ 'ਤੇ ਯਕੀਨ ਕਰ ਪੈਣਾ। 5 ਮਿੰਟ ਚਾਹ ਪਾਣੀ ਪੀ ਲਿਆ ਕਰੋ, ਰੋਟੀ ਪਾਣੀ ਖਾ ਲਿਆ ਕਰੋ, 20 ਮਿੰਟ ਖਬਰਾਂ ਵੇਖ ਲਿਆ ਕਰੋ, ਪੜ੍ਹੇ ਲਿਖੇ ਸਿਆਣਿਓ ਥੋੜ੍ਹਾ ਸਬਰ ਕਰਕੇ ਫਿਰ ਕੋਈ ਸਟੇਟਮੈਂਟ ਦਿਆ ਕਰੋ, ਕੌਣ ਗਲਤ ਅਤੇ ਕੌਣ ਸਹੀ। ਰਾਜੇਵਾਲ ਨੇ ਤਾਂ ਨਿਹੰਗਾ ਸਿੰਘਾਂ ਨੂੰ ਵੀ ਕਹਿਤਾ ਹੈ BJP ਦੇ ਬੰਦੇ ਆ, ਅਤੇ BJP ਪਾਰਟੀ ਆ ਕਿ BJP ਲੋਕਾਂ ਨੂੰ ਮਾਰੀ ਜਾਂਦੀ ਆ, ਜਾਂ BJP ਨੇ ਗੁੜ ਸੰਘਾਇਆ ਵੀ ਜੋ ਅਸੀਂ ਕਹਾਂਗੇ ਤੁਸੀਂ ਕਰੋਗੇ। ਤੁਹਾਡੇ ਹੱਥਾਂ ਵਿੱਚ ਗਲਤ ਤਖਤੀਆਂ। ਨਿਹੰਗ ਸਿੰਘ ਪਹਿਲੀ ਗੱਲ, ਨਾ ਤਰਨਾ ਦਲ ਨਾ ਬੁੱਢਾ ਦਲ ਅੱਜ ਤੱਕ ਕਿਸੇ ਗੱਲ ਵਿੱਚ ਨਹੀਂ ਆਏ।
ਉਹਨਾਂ ਨੂੰ ਰੋਣਾ ਇਸ ਗੱਲ ਦਾ ਵੀ ਕਿਸਾਨ ਤੁਰੇ ਆ, ਕਿਸਾਨ ਹਰ ਇੱਕ ਨੂੰ ਲੰਗਰ ਛਕਾਉਂਦੇ ਆ, ਗੁਰਦੁਆਰਿਆਂ ਵਿੱਚ ਲੰਗਰ ਉਹਨਾਂ ਦਾ ਪੱਕਦਾ। ਉਹਨਾਂ ਨੂੰ ਡਰ ਸੀ ਕਿ ਜਿੰਨੀ ਪਬਲਿਕ ਇਕੱਠੀ ਹੋ ਗਈ ਆ, ਜਿੰਨੀ ਆਰਮੀ ਆ ਚੁੱਕੀ ਆ, 84 ਵਾਲਾ ਕਾਂਡ ਨਾ ਹੋ ਜੇ। ਉਹਨਾਂ ਨੇ ਸਿਰਫ ਸਟੇਟਮੈਂਟਾਂ ਦਿੱਤੀਆਂ ਵੀ ਜੇ ਕੋਈ ਲੜਾਈ ਹੁੰਦੀ ਆ ਗੁਰੂ ਕੀ ਲਾੜ ਲਈ ਫੌਜ ਲੜੂਗੀ। ਗੁਰੂ ਕੀ ਲਾੜ ਲਈ ਫੌਜ ਨੇ 3 ਮਹੀਨੇ ਕੁਛ ਬੋਲਿਆ ਨਹੀਂ। ਗੁਰੂ ਕੀ ਲਾੜ ਲਈ ਫੌਜ ਪਹਿਰੇ 'ਤੇ ਬੈਠੀ ਆ, ਜੰਗਲਾਂ ਵਿੱਚ ਰਹਿ ਕੇ ਪੱਤੇ ਖਾ ਕੇ ਉਹਨਾਂ ਗੁਜ਼ਾਰਾ ਕੀਤਾ ਸੀ। ਉਹ ਲੜਨ ਵੱਲ ਨਹੀਂ ਗਏ। ਬੀਜੇਪੀ ਜੋ ਮਰਜ਼ੀ ਪਾਰਟੀ ਆ, ਨੁਕਸਾਨ ਕਰ ਗਈ, ਪੱਥਰ ਮਾਰ ਗਈ, ਕੁਝ ਵੀ ਕਰ ਗਈ, ਸਾਡਾ ਸਿਰ ਮੱਥੇ ਆ। ਅਸੀਂ ਕਿਸਾਨ ਹਾਂ, ਅਸੀਂ ਚੁੱਪ ਰਹਿ ਕੇ ਰੂਹੇ ਰਹਿ ਕੇ ਆਪਣੇ ਬਿੱਲ ਰੱਦ ਕਰਾਉਣੇ ਆ। ਅਸੀਂ ਧਰਮ ਦੀ ਲੜਾਈ ਨਹੀਂ ਲੜਨ ਗਏ। ਹੋ ਸਕਦਾ ਬੀਜੇਪੀ ਵਿੱਚ ਪੰਜਾਬ ਦੇ ਵੀ ਲੀਡਰ ਹੋਣਗੇ, ਸਾਰੇ ਹੋਣਗੇ, ਕਦੇ ਉਹਨਾਂ ਨੂੰ ਵੀ ਯਕੀਨ ਆਊਗਾ ਕਿ ਕਿਸਾਨੀ ਮੁੱਦਾ ਸੀਗਾ, ਨਾ ਕਿ ਧਰਮ ਦਾ ਮੁੱਦਾ ਸੀਗਾ। ਨਿਹੰਗ ਸਿੰਘਾਂ ਵਾਸਤੇ ਗਲਤ ਸਟੇਟਮੈਂਟ ਦੇਣ ਵਾਲਿਓ, ਉਹਨਾਂ ਤੁਹਾਨੂੰ ਕੁਛ ਵੀ ਨਹੀਂ ਕਹਿਣਾ। ਸੱਪ ਨੂੰ ਛੇੜੋਗੇ ਤਾਂ ਡੰਗ ਖਾਓਗੇ, ਉਹਨਾਂ 'ਚ ਨਿਹੰਗਾ ਸਿੰਘਾਂ ਨੇ ਕੁਛ ਨਹੀਂ ਕਹਿਣਾ। ਇਹ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਆਏ ਆ, ਅਤੇ ਜਿਹੜੀਆਂ ਤਖਤੀਆਂ ਤੁਸੀਂ ਨਿਹੰਗਾਂ ਦੇ ਗਲਾਂ 'ਚ ਵੀ ਪਾਤੀਆਂ, ਗਦਾਰਾਂ ਦੀਆਂ ਆਪਣੇ ਨੌਜਵਾਨਾਂ ਦੇ ਗਲਾਂ 'ਚ ਵੀ ਪਾਤੀਆਂ, ਅਤੇ ਜਾਂ ਤਾਂ ਫਿਰ ਹਰਿਆਣੇ ਵਾਲਿਆਂ ਦੇ ਗਲ 'ਚ ਪਾ ਕੇ ਦਿਖਾਓ, ਅਤੇ ਤੁਹਾਡਾ ਵੇਖੋ ਡੰਡਾ ਡੋਰਾ ਕਿੱਦਾਂ ਚੱਕਦੇ। ਮੁੱਦਾ ਧਰਮ ਦਾ ਨਹੀਂ, ਬਾਪੂ ਨੇ ਕਹਿ ਤਾ ਡਕੈਤ ਨੇ ਕਿ ਇਹ ਮੁੱਦਾ ਕਿਸਾਨੀ ਦਾ, ਅਤੇ ਮੇਰੇ ਕਿਸਾਨ ਮਰਨੇ ਨਹੀਂ ਚਾਹੀਦੇ। ਪਾਣੀ ਬੰਦ ਕੀਤਾ, ਹਰਿਆਣੇ ਤੋਂ ਪਾਣੀ ਆਊਗਾ। ਬਿਜਲੀ ਬੰਦ ਕੀਤੀ, ਵੱਡੇ ਵੱਡੇ ਜਨਰੇਟਰ ਆਉਣਗੇ, ਕਿੱਥੇ ਰੌਲਾ। ਪਰ ਆਪਣੀ ਬਕਵਾਸ, ਆਪਣੇ ਸਟੇਟਮੈਂਟਾਂ ਦੇਣੀਆਂ ਲੋਕੋ ਬੰਦ ਕਰੋ। ਹਾਏ ਮੁੱਦਾ ਭੜਕ ਗਿਆ, ਹਾਏ ਲੋਕ ਵਾਪਸ ਆ ਗਏ। ਲੋਕ ਵਾਪਸ ਕੋਈ ਨਹੀਂ ਆਏ। ਉਹ ਸੋਸ਼ਲ ਮੀਡੀਆ ਉਹਨਾਂ ਚੀਜ਼ਾਂ ਨੂੰ ਦਿਖਾ ਰਿਹਾ ਜਿੱਥੇ ਦੰਗੇ ਭੜਕਦੇ, ਜਿੱਥੇ ਸਾਡੀ ਬੇਇੱਜ਼ਤੀ ਹੁੰਦੀ ਆ। ਸਾਡੀ ਬੇਇੱਜ਼ਤੀ ਕਿਸਾਨਾਂ ਦੀ ਕਿਤੇ ਵੀ ਨਹੀਂ ਹੋਣੀ। ਰੱਬ ਦਾ ਵਾਸਤਾ, ਪਿਆਰ ਦੇ ਨਾਲ ਚੰਗੀਆਂ ਵੀਡੀਓ ਪਾਓ। ਤੁਸੀਂ ਐਡੇ ਗਿਰੇ ਲੋਕ, ਮੈਂ ਕਹਿ ਸਕਦਾ ਸਿਰਫ ਆਪਣੀ ਫੋਟੋ ਵੀਡੀਓ ਵਾਸਤੇ ਟੁੱਟੇ ਟੁੱਟੇ ਚੈਨਲਾਂ ਨੂੰ ਜਾ ਕੇ ਬੰਬੂ ਜਿਹਾ ਫੜ ਕੇ, ਹਾਂਜੀ ਹਮ ਐਸੇ ਕਰ ਦੇਂਗੇ, ਹਮ ਮਾਰ ਦੇਂਗੇ, ਹਮ ਕਾਟ ਦੇਂਗੇ, ਤੁਸੀਂ ਕਿਉਂ ਸਟੇਟਮੈਂਟਾਂ ਦਿੰਦੇ ਆ? ਤੁਹਾਡੇ ਕੋਲ ਜਦੋਂ ਸਵਾਲ ਪੁੱਛਦੇ ਆ ਤੁਹਾਨੂੰ ਸਿਖਾਉਣ ਵਾਸਤੇ, ਤੁਹਾਨੂੰ ਭਰਮਾਉਣ ਵਾਸਤੇ, ਝੱਟ ਕਹਿ ਦਿੰਦੇ ਆ ਅਸੀਂ ਜੀ 1.25 ਲੱਖ ਨੂੰ ਕੱਟ ਸਕਦੇ ਹਾਂ, ਅਸੀਂ ਇੱਦਾਂ ਕਰ ਸਕਦੇ। 1.25 ਲੱਖ ਵਾਲੀ ਤਾਂ ਲੜਾਈ ਹੈ ਨਹੀਂ, ਲੜਾਈ ਸਿੱਖ ਧਰਮ ਦੀ ਜਾਂ ਮੁਸਲਮਾਨ ਦੀ ਤਾਂ ਲੜਾਈ ਹੈ ਨਹੀਂ। ਉਹ ਗੱਲਾਂ ਨਾ ਕਰੋ, ਇਹੋ ਜਿਹੇ ਭੜਕਾਵੇਂ ਬਿਆਨ ਨਾ ਦਿਓ, ਝੰਡਾ ਕੋਈ ਨਾ ਫੂਕੋ। ਅਤੇ ਜੇ ਕੋਈ ਵੀ ਵੀਰ ਖਾਲਿਸਤਾਨ ਦਾ ਝੰਡਾ ਫੂਕਦਾ, ਕੋਈ ਵੀ ਝੰਡਾ ਫੂਕਦਾ, ਇਹੋ ਜਿਹੀਆਂ ਵੀਡੀਓ ਨਾ ਸ਼ੇਅਰ ਕਰੋ, ਨਾ ਕਿਸੇ ਹਿੰਦੂ ਵੀਰ ਨੂੰ ਗਾਲ ਨਾ ਕੱਢੋ। ਇੱਕ ਮੋਰੀ ਮੁੰਡਾ ਵਾ ਜਿਹੜਾ ਆਸਟ੍ਰੇਲੀਆ ਤੋਂ ਇਸ ਟਾਈਮ ਬਹੁਤ ਗਲਤ ਵੀਡੀਓ ਪਾ ਰਿਹਾ, ਬਕਵਾਸ ਕਰ ਰਿਹਾ। ਵੀਰੋ ਉਹ ਕੁਛ ਵੀ ਕਰੇ, ਕਿਉਂਕਿ ਹਰਿਆਣੇ ਨੂੰ ਅਸੀਂ ਮਾੜਾ ਚੰਗਾ ਬੋਲਦੇ ਹਾਂ ਅਤੇ ਸਾਡਾ ਸਾਰਾ ਵਿਊ ਖਰਾਬ ਹੁੰਦਾ। ਕਿਸਾਨਾਂ 'ਤੇ ਗੱਲ ਆ ਜਾਂਦੀ ਆ, ਗੱਲ ਧਰਮਾਂ ਨੂੰ ਛੱਡ ਦਿਓ, ਕੋਈ ਨਹੀਂ, ਸਾਨੂੰ ਮਾੜਾ ਕਹਿ ਲਓ, ਸਿੱਖਾਂ ਨੂੰ ਮਾੜਾ ਕਹਿ ਲਓ, ਬਥੇਰੇ ਕਹਿਣ ਵਾਲੇ ਆ। ਪਰ ਹਰਿਆਣੇ ਵਾਲਿਓ ਦਿਲ ਜਿੱਤ ਲਿਆ ਵੀਰੋ ਤੁਸੀਂ, ਅਤੇ ਜੇ ਕੋਈ ਸਾਡਾ ਪੰਜਾਬੀ ਤੁਹਾਨੂੰ ਲੱਗਦਾ ਕਿ ਸਾਡੇ ਹਰਿਆਣੇ ਨੂੰ ਮਾੜਾ ਕਹਿੰਦਾ, ਅਸੀਂ ਉਹਦੇ ਕੋਲ ਮਾਫ਼ੀ ਮੰਗਦੇ ਅਤੇ ਉਸ ਕੁੱਤੇ ਬੰਦੇ ਨੂੰ ਆਪਾਂ ਵੀ ਪੁੱਛਾਂਗੇ। ਬਾਕੀ ਐਂਡ 'ਤੇ ਜੈ ਜਵਾਨ ਜੈ ਕਿਸਾਨ ਆ। ਅਤੇ ਗੁਰਦਾਸਪੁਰੀਓ ਫਿਰ ਮੇਰੇ ਮੂੰਹੋਂ ਉਹ ਗੱਲ ਨਾ ਸੁਣ ਲਿਓ, ਲੱਖਾਂ ਸਿਧਾਣਾ ਜਿੰਦਾਬਾਦ, ਦੀਪ ਵੀਰ ਜਿੰਦਾਬਾਦ। ਅੱਜ ਕਈ ਗੱਲ ਮੇਰੀ ਯਾਦ ਰੱਖਿਓ, ਜਿਹੜੇ ਅੱਜ ਵੀ ਮੈਨੂੰ ਕਮੈਂਟਾਂ 'ਚ ਗਾਲਾਂ ਕੱਢਣ ਡੇ ਆ ਨਾ, ਕਿ ਦੀਪ ਗਦਾਰ ਆ। ਜੇ ਪਿਓ ਦੇ ਪੁੱਤ ਤਾਂ ਹੈਸੇ ਜ਼ਬਾਨ 'ਤੇ ਰਿਹੋ, ਜੇ ਹਫ਼ਤੇ ਬਾਅਦ ਮੰਨ ਲਓ ਉਹਨੇ ਕੋਈ ਚੰਗਾ ਕੰਮ ਕਰਤਾ ਜਾਂ ਉਹਦੇ ਕਰਕੇ ਕਾਨੂੰਨ ਪਾਸ ਹੋ ਗਏ, ਫਿਰ ਉਹਦੀ ਕਿਸੇ ਪਾਰਟੀ ਵਿੱਚ ਨਾ ਆਇਓ, ਫਿਰ ਉਹਨੂੰ ਮੂੰਹ ਮੱਥੇ ਨਾ ਲੱਗਿਓ, ਫਿਰ ਇਸੇ ਜ਼ਬਾਨ 'ਤੇ ਰਿਹੋ। ਅਤੇ ਜੇ ਦੀਪ ਵਾਕਿਆ ਗਦਾਰ ਹੋਊਗਾ, ਮੈਂ ਵੀ ਇਸੇ ਜ਼ਬਾਨ ਨਾਲ ਉਹਨੂੰ ਗਾਲਾਂ ਕੱਢਾਂਗਾ, ਉਹਨੂੰ ਮਾੜਾ ਬੋਲਾਂਗਾ। ਇਸੋ ਤੱਕ ਸੁਣਨਾ ਚਾਹੁੰਦੇ ਹਾਂ ਨਾ। ਕਦੀ ਕਦੀ ਸਮਾਂ ਜਵਾਬ ਦਿੰਦਾ, ਕਦੀ ਕਦੀ ਬੰਦੇ ਨੂੰ ਸਮਾਂ ਗਲਤ ਕਰਾਉਂਦਾ। ਲੱਖੇ ਸਿਧਾਣੇ 'ਤੇ ਵੀ ਕੋਈ ਨਹੀਂ ਵੀਰ, ਤੇਰੀ ਮਰਜ਼ੀ ਆ। ਲੱਖੇ ਸਿਧਾਣੇ ਵੀਰ 'ਤੇ ਵੀ ਕਈ ਇਲਜ਼ਾਮ ਲੱਗੇ, ਰਾਤੋ ਰਾਤ ਤੁਸੀਂ ਉਹਦੇ ਗੱਲ 'ਚ ਫਿਰ ਪਰਨੇ ਵੀ ਪਾਉਂਦੇ ਹਾਂ, ਹਾਰ ਵੀ ਫੁੱਲਾਂ ਦਾ ਪਾਉਂਦੇ ਹਾਂ, ਸਟੇਟ 'ਤੇ ਵੀ ਚੜਾਉਂਦੇ ਹਾਂ। ਇੱਕ ਗੱਲ 'ਤੇ ਫਿਰ ਰਿਹਾ ਕਰੋ ਕਿ ਤੁਹਾਡੇ ਹੱਥ ਵਿੱਚ ਤਖਤੀ ਸੱਚ ਦੀ ਕਿ ਝੂਠ ਦੀ ਆ। ਬੰਦ ਕਰੋ ਮੇਰੇ ਵੀਰ, ਕੰਮ ਬੈਕ ਆਉਣ ਦਿੱਲੀ ਵੀਰ, ਤੈਨੂੰ ਕੀ ਪ੍ਰੋਬਲਮ ਆ? ਆਉਣ 'ਤੇ ਜਿਹੜਾ ਆਉਂਦਾ ਵਾ ਆਪਣੇ ਹੱਕਾਂ ਵਾਸਤੇ ਆਉਣ ਡਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।